ਬਿਸਮਿਲ੍ਲਾਹਿਰ ਰਹਿਮਾਨ ਰਹੀਮ, ਅਸਲਾਮ ਅਲੈਕਮ। ਸਾਡੀ ਦੁਆ ਸਾਡੇ ਭੈਣ ਭੈਣ ਅੱਲਾਹ ਤਾਲਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਅਸੀਂ ਦੁਆਨਾ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਜੀ ਕਿ ਤਿਆਰੀ ਮਾਸ਼ਾਅੱਲਾ ਹੋ ਚੁੱਕੀ ਆ ਔਰ ਕੰਮ 'ਤੇ ਜਾ ਰਹੇ ਹੋਏ ਹਾਂ, ਔਰ ਅੱਜ ਇੱਕ ਤਿਆਰੀ ਕਰਨੀ ਹੈ ਜੀ ਸ਼ਾਦੀ ਦੀ। ਤਕਰੀਬਨ 1 ਸਾਲ ਪਹਿਲੇ ਇੱਕ ਸ਼ਾਦੀ ਕਰਵਾਈ ਸੀਗੀ ਬੱਚੀ ਦੀ, ਮਾਸ਼ਾਅੱਲਾ ਅੱਛੀ ਉਹਨਾਂ ਦੀ ਸਪੋਰਟ ਕੀਤੀ ਸੀ ਯਤੀਮ ਬੱਚੀ ਦੀ, ਔਰ ਦੂਸਰੀ ਬੱਚੀ ਦੀ ਸ਼ਾਦੀ ਫਿਰ ਆ ਗਈ ਹੋਈ ਹੈ ਜੀ, ਉਹਦੀ ਸ਼ਾਦੀ ਵਾਸਤੇ ਤਿਆਰੀ ਕਰਨੀ ਹੈ। ਮੈਂ ਜ਼ਿਆਦਾ ਤਾਂ ਕੰਮ 'ਤੇ ਹੀ ਰਿਹਾ ਵਾਂ, ਲੇਕਿਨ ਇੱਕ ਬੱਚੀ ਦੀ ਸ਼ਾਦੀ ਕਰਵਾਉਣੀ ਸੀਗੀ, ਉਹਨਾਂ ਨੇ ਕਿਹਾ ਸੀ ਕਿ ਸਾਨੂੰ ਨਾ ਥੋੜ੍ਹਾ ਸਮਾਨ ਚਾਹੀਦਾ ਬੱਚੀ ਦੀ ਸ਼ਾਦੀ ਵਾਸਤੇ, ਅਤੇ ਉਹਨਾਂ ਨੂੰ ਉਹ ਸਮਾਨ ਦੇਣਾ ਵਾ, ਔਰ ਦੇਖਦੇ ਹਾਂ ਪੈਸੇ ਦਿੰਦੇ ਹਾਂ ਜਾਂ ਸਮਾਨ ਦਿੰਦੇ ਹਾਂ ਲੈ ਕੇ। ਚਲੋ, ਔਰ ਚੱਲਦੇ ਹਾਂ ਜੀ। ਸਭ ਤੋਂ ਪਹਿਲੇ ਮਸਜਿਦ, ਔਰ ਉਹਨਾਂ ਭਾਈਆਂ ਨੂੰ ਵੀ ਮਸਜਿਦ ਹੀ ਬੁਲਾ ਕੇ ਦੇਖਦੇ, ਫਿਰ ਫੈਸਲਾ ਕਰਦੇ ਹਾਂ ਕਿ ਉਹਨਾਂ ਨੂੰ ਸਮਾਨ ਦਿੰਦੇ ਹਾਂ ਜਾਂ ਉਹਨਾਂ ਨੂੰ ਨਗਦ ਪੈਸੇ ਦਿੰਦੇ ਹਾਂ ਜੀ। ਚਲੋ ਠੀਕ। ਅੱਛਾ ਜੀ, ਪਹੁੰਚੇ ਹੋਏ ਹਾਂ ਕੰਮ 'ਤੇ ਆਪਣੇ 'ਤੇ, ਔਰ ਅੱਜ ਸਾਡੇ ਉਸਤਾਦ ਯਾਸੀਨ ਇਹ ਤਾਂ ਨਹੀਂ ਆਏ ਅੱਜ, ਫਿਰ ਕੱਲ੍ਹ ਇਹਨਾਂ ਦੀ ਫੌਤਕੀ ਹੋਈ ਸੀਗੀ ਜੀ, ਅਤੇ ਕੱਲ੍ਹ ਨਹੀਂ ਆ ਸਕੇ ਹੈਗੇ, ਔਰ ਮਨਾਰ ਨੂੰ ਇਸੇ ਹੱਥ ਤੀਕਰ ਬਣਾ ਕੇ ਛੱਡਿਆ ਹੋਇਆ, ਪਾਣੀ ਫੁੱਲ ਲਗਾ ਰਹੇ ਹੋਏ, ਦੇਖ ਸਕਦੇ ਮੇਰੇ ਭੈਣ ਭਾਈ ਫੁੱਲ ਤਰਾਈ ਵਿੱਚ ਖੜਾ, ਜਿੰਨੀ ਚਨਾਈ ਲੱਗੀ ਹੈ ਸਾਡੀ ਜੀ, ਫੁੱਲ ਤਰਾਈ ਹੈ ਇਹਦੀ, ਔਰ ਉਮੀਦ ਬੜੀ ਹੈ ਕੱਲ੍ਹ ਆ ਜਾਣਗੇ, ਜਿਸ ਤਰ੍ਹਾਂ ਹੀ ਕੱਲ੍ਹ ਆਉਣਗੇ ਅਤੇ ਫਿਰ ਮਨਾਰ ਦਾ ਕੰਮ ਲੱਖਿਆ ਕਰੇ ਸ਼ੁਰੂ ਕਰਾਂਗੇ ਜੀ। ਔਰ ਅੰਦਰ ਚੱਲ ਰਿਹਾ ਹੋਇਆ ਜੀ ਕੰਮ ਦੂਸਰਾ, ਔਰ ਬਾਕੀ ਚਨਾਈ ਦਾ ਕੰਮ ਮਾਸ਼ਾਅੱਲਾ ਸਾਡਾ ਸਾਰਾ ਫਾਈਨਲ ਆ ਜੀ, ਔਰ ਸੁਬਾਹ ਦੇ ਆ ਕੇ ਕੰਮ ਜਿਹੜਾ ਅਸੀਂ ਕੀਤਾ ਜੀ ਉਹਦੇ ਵਾਸਤੇ ਸਭ ਤੋਂ ਪਹਿਲੇ ਤਾਂ ਇਹ ਵਾਲੀ ਜਿਹੜੀ ਸਲੈਬ ਸੀਗੀ, ਜਿੱਦਾਂ ਉਸ ਮਸਜਿਦ ਵਿੱਚ ਜਿੱਥੇ ਸਪੀਕਰ ਰੱਖੇ ਆ, ਮੈਕ ਰੱਖੇ ਆ ਸਾਹਮਣੇ ਵਾਲੀ ਸਾਈਡ 'ਤੇ, ਇਹ ਮਹਿਰਾਬ ਦੇ ਬੈਕ ਸਾਈਡ 'ਤੇ ਜੀ, ਇਸੇ ਤਰ੍ਹਾਂ ਉੱਪਰ ਸਲੈਬ ਬਣਾਈ ਹੈ ਜੀ, ਸਲੈਬ ਬਣਾ ਕੇ ਅਤੇ ਉਸ ਤੋਂ ਬਾਅਦ ਇਹ ਵਾਲੀ ਚਨਾਈ ਤੇਗਾ ਭਰਿਆ, ਤੇਗਾ ਭਰ ਕੇ ਇਹ ਵਾਲੀ ਚਨਾਈ ਲੱਗ ਰਹੀ ਹੋਈ ਹੈ ਜੀ। ਜਬਸ਼ੀਰ ਕਿੰਨੇ ਫੁੱਟ ਹੋ ਗਈ ਇੱਥੇ, ਹਿਸਾਬ ਲਾਇਆ ਫੀਤਾ ਲਾਇਆ, ਚੈੱਕ ਕਰ ਲੈਣਾ ਕਿੱਥੇ ਕਿੰਨੀ ਹੋ ਗਈ ਹੈ, 9 ਫੁੱਟ ਤਾਂ ਹੋ ਗਈ ਤਕਰੀਬਨ, 9 ਵਾਰ ਆਉਣੇ ਆ, ਚਲੋ ਚੈੱਕ ਕਰ ਲਓ ਫਿਰ ਵੀ ਪਤਾ ਲੱਗ ਜਾਏਗਾ, 9 ਵਾਰ ਆਉਣੇ ਆ ਤਾਂ ਕਿੰਨੇ ਹੋ ਗਏ, ਚੌਥਾ ਵਾਰ ਲੱਗਦਾ ਪਿਆ, ਬਸ ਹਿੰਮਤ ਮਾਰੀਓ ਤੁਸੀਂ ਚਨਾਈ ਫਾਈਨਲ ਕਰਨੀ ਆ, ਜਿਹੜੇ 9 ਵਾਰ ਹੈਗੇ ਨਾ ਇੱਥੇ, ਜੇ ਛੋਟੀ ਦੀਵਾਰ 'ਤੇ ਆਓਗੇ ਇੱਕ ਮਿਸਤਰੀ ਇਸ ਸਾਈਡ 'ਤੇ ਹੋ ਜਾਵੇ, ਇੱਕ ਇਸ ਸਾਈਡ 'ਤੇ ਹੋ ਜਾਏਗਾ, ਠੀਕ ਹੈ ਨਾ, ਹੈ ਉਹੀ ਮੈਂ ਗੱਲ ਕਰਦਾ, ਜਦੋਂ ਇੱਧਰ ਆਓਗੇ ਉਦੋਂ ਇੱਧਰ ਦੋਵੇਂ ਸਾਈਡਾਂ ਦੇ ਵੱਖਰੇ ਵੱਖਰੇ ਹੋ ਜਾਏ, ਟੋਟੇ ਦੋਵੇਂ ਜਲਦੀ ਲੱਗ ਜਾਣਗੇ, ਔਰ ਉਸ ਤੋਂ ਬਾਅਦ ਜੀ ਚਨਾਈ ਜਿਹੜੀ ਸਾਡੀ ਉਹ ਸਾਰੇ ਭੈਣ ਦੇ ਸਾਹਮਣੇ ਪਹਿਲੇ ਵੀ ਜ਼ਿਕਰ ਕੀਤਾ ਸੀ ਕਿ ਸਾਡੀ ਚਨਾਈ ਅਲਹਮਦੁਲਿਲਾ ਫਾਈਨਲ ਹੋ ਚੁੱਕੀ ਹੈ ਜੀ, ਸਾਰੀ ਮਸਜਿਦ ਦੀ ਚਨਾਈ ਸਾਰੀ ਫਾਈਨਲ ਸਾਡੀ। ਅੱਛਾ ਜੀ, ਜਿੱਦਾਂ ਕਿ ਮੇਰੇ ਭੈਣ ਭੈਣ ਨੂੰ ਪਤਾ ਹੀ ਆ, ਮੁਰਖ ਖੜੇ ਹੋਏ ਇਹਨਾਂ ਨੂੰ ਵੀ ਜਾਣਦੇ ਹੀ ਆ, ਸ਼ੁਰੂ ਤੋਂ ਜਿਉਂ ਅਸੀਂ ਉਧਰਲੀ ਮਸਜਿਦ ਬਣਾ ਕੇ ਆਏ ਹਾਂ, ਉਸ ਤੋਂ ਲੱਗ ਕੇ ਅੱਜ ਤੱਕ ਇਸ ਮਸਜਿਦ ਆ ਗਈ, ਔਰ ਇਹ ਜਿਹੜੇ ਭਾਈ ਨਾਲ ਖੜੇ ਹੋਏ ਆ ਇਹ ਵੀ ਸਾਰੇ ਭੈਣ ਭੈਣ ਦੇਖੇ ਹੋਏ ਆ ਕਿ ਇਸ ਮਸਜਿਦ ਵਿੱਚ ਸਾਡੇ ਨਾਲ ਕੰਮ ਕਰਵਾ ਰਹੇ ਹੋਏ ਜੀ, ਇਹਨਾਂ ਕੋਲ ਪਹਿਲੇ ਜਿਸ ਟਾਈਮ ਅਸੀਂ ਉਸ ਮਸਜਿਦ ਵਿੱਚ ਸੀਗੇ ਉਦੋਂ ਵੀ ਇੱਕ ਯਤੀਮ ਬੱਚੀ ਦੇ ਨਾਲ ਸ਼ਾਦੀ ਕਰਵਾਈ ਸੀਗੀ, ਉਹ ਬੱਚੀ ਵੀ ਇਹਨਾਂ ਦੇ ਭਤੀਜੀ ਸੀ, ਤੁਹਾਡੀ ਭਤੀਜੀ ਸੀ ਨਾ, ਬਾਬੇ ਦੀ ਪੋਤੀ ਸੀ, ਬਾਬੇ ਦੀ ਦੋਹਤੀ ਸੀਗੀ, ਬਾਬੇ ਉਹਨਾਂ ਦੀ ਦੋਹਤੀ ਸੀਗੀ, ਔਰ ਇਹ ਭਾਈ ਹੋਣਾਂ ਦੀ ਭਤੀਜੀ ਸੀਗੀ ਜੀ, ਉਹਦੀ ਸ਼ਾਦੀ ਕਰਵਾਈ ਸੀਗੀ, ਉਦੋਂ ਵੀ ਖਾਣੇ ਵਾਸਤੇ ਇਹਨਾਂ ਨੂੰ ਇੰਤਜ਼ਾਮ ਕੀਤਾ ਸੀ, ਉਦੋਂ ਮਾਸ਼ਾਅੱਲਾ ਅੱਛਾ ਖਾਸਾ ਇਹਨਾਂ ਨਾਲ ਤਾਵਨ ਕੀਤਾ ਸੀ, ਔਰ ਹੁਣ ਫਿਰ ਇੱਕ ਬੱਚੀ ਦੀ ਸ਼ਾਦੀ ਹੈ ਜੀ ਇਹਨਾਂ ਦੇ ਵਿੱਚੋਂ, ਉਹ ਇਹਨਾਂ ਦੀ ਹੈਗੀ ਭਾਣਜੀ ਹੈ ਜੀ, ਬਿਲਕੁਲ ਉਹ ਤੁਹਾਡੀ ਭਾਣਜੀ ਹੈ, ਉਹ ਇਹਨਾਂ ਦੀ ਭਾਣਜੀ ਹੈ ਜੀ, ਉਹ ਵੀ ਬੱਚੀ ਯਤੀਮ ਆ, ਯਤੀਮ ਬੱਚੀ ਵਾਸਤੇ ਇਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਆਸਫ ਭਾਈ ਇੱਕ ਦੇ ਗੋਸ਼ਤ ਦੀ
ਅਤੇ ਇੱਕ ਮਿੱਠੇ ਚਾਵਲ ਜੀ ਠੀਕ ਹੈ ਜੀ। ਔਰ ਔਰ ਉਸ ਅਸੀਂ ਭਾਈ ਨਾ ਮਾਂ ਹੈ ਤਾਂ ਨਾ ਬਾਪ ਹੈ, ਅੱਲਾ ਗਵਾਹ ਹੈ ਔਰ ਇਨਸ਼ਾਅੱਲਾ ਜਿਸਕਾ ਕੋਈ ਨਹੀਂ ਹੁੰਦਾ ਨਾ ਉਸਕਾ ਅੱਲਾ, ਉਸਕਾ ਅੱਲਾ ਹੁੰਦਾ ਹੈ, ਬਿਲਕੁਲ ਇਸ ਮੇਂ ਕੋਈ ਸ਼ੱਕ ਨਹੀਂ। ਜੇ ਪਕਵਾਨ ਹੈ 5,000 ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲ੍ਹਾਂ ਸਤਾਰਾਂ ਅਠਾਰਾਂ ਉੱਨੀ ਵੀਹ ਬਹੁਤ ਦੇਖ ਲਓ ਜੀ ਆਪ ਜ਼ਿਆਦਾ ਬਿਹਤਰ ਸਮਝਦੇ ਹੋ। 21 22 23 24 25 26 27 28 29 ਬੜੀ ਮਿਹਰਬਾਨੀ ਆਸੇ ਭਾਈ ਆਪ ਲੋਕੋ ਕੀ ਵੀ ਔਰ ਜਿਸਨੇ ਹਮਾਰੇ ਸਾਥ ਸਪੋਰਟ ਕੀਆ ਹੈ, ਅੱਲਾ ਪਾਕ ਇਸ ਦੁਨੀਆ ਵੀ ਹਜ਼ਰ ਦੇ ਔਰ ਉਸ ਦੁਨੀਆ ਵੀ ਹਜ਼ਰ ਦੇ ਕਿ ਹਮਾਰੇ ਸਾਥ ਮਸਲਾ ਤਾਉਣ ਕੀਆ ਹੈ, ਹਮ ਉਸਕਾ ਬਹੁਤ ਸ਼ੁਕਰ ਗੁਜ਼ਾਰ ਹੈ। ਬਸ ਸਾਡੇ ਨਾਲ ਬੈਨਵੀਆਂ ਵਾਸਤੇ ਦੁਆ ਗੁ ਰਿਹਾ ਜੀ, ਅੱਲਾ ਜਿਹਨਾਂ ਨੇ ਤੁਹਾਡੇ ਵਾਸਤੇ ਬੜੀ ਮਿਹਰਬਾਨੀ ਪੈਸੇ ਭੇਜੇ ਆ ਉਸ ਬੱਚੀ ਦੀ ਸ਼ਾਦੀ ਵਾਸਤੇ। ਅਸੀਂ ਇਹਨਾਂ ਦੀ ਵੀਡੀਓ ਨਹੀਂ ਸੀ ਬਣਾਈ ਹੈਗੀ ਜੀ, ਪਹਿਲੇ ਬਸ ਇੱਦਾਂ ਵਟਸਐਪ 'ਤੇ ਕੱਲ੍ਹ ਹੀ ਰਾਬਤਾ ਹੋਇਆ ਔਰ ਕੱਲ੍ਹ ਹੀ ਜ਼ਿਕਰ ਕੀਤਾ ਸੀਗਾ ਔਰ ਅੱਜ ਇਹਨਾਂ ਬੱਚਿਆਂ ਵਾਸਤੇ ਉਸ ਬੱਚੀ ਵਾਸਤੇ ਪੈਸੇ ਆ ਗਏ ਸੀਗੇ ਖਾਣੇ ਵਾਸਤੇ। ਦੋ ਦੇ ਕਹਿੰਦੇ ਨੇ ਭਾਈਆਂ ਨੇ ਕਿਹਾ ਸੀ, ਕਹਿੰਦੇ ਅਸੀਂ ਜ਼ਿਆਦਾ ਰਸ਼ ਨਹੀਂ ਪਾਉਣਾ ਹੈਗਾ, ਸਿਰਫ ਥੋੜ੍ਹੇ ਜਿਹੇ ਮਹਿਮਾਨ ਬੁਲਾਏ ਆ ਜੀ, ਬੁਲਾ ਕੇ ਅਤੇ ਆਪਣਾ ਜਿਹੜਾ ਫਰਜ਼ ਹੈ ਨਾ ਉਹ ਅਦਾ ਕਰ ਦੇਣਾ। ਇੱਕ ਮਿੱਠੇ ਚਾਵਲਾਂ ਦੇ ਬਣਾਉਣਗੇ, ਬੇਸ਼ੱਕ ਮਿੱਠੇ ਚਾਵਲਾਂ ਦੇ ਬਣਾ ਰਹੇ ਸਾਡੇ ਵੱਲ ਮੁਸ਼ੱਕ, ਤੁਸੀਂ ਦੋਨੇ ਗੋਸ਼ਤ ਦੀਆਂ ਬਣਾ ਰਹੇ, ਠੀਕ ਹੋ ਗਿਆ ਜੀ। ਔਰ ਦੁਆਵਾਂ ਵੀ ਯਾਦ ਰੱਖਿਆ ਜੀ ਔਰ ਬੱਚੀ ਕੋਲ ਦੁਆ ਕਰਵਾਇਆ ਜੀ ਸਾਡੇ ਵਾਸਤੇ ਵੀ ਔਰ ਸਾਡੇ ਭੈਣ ਦੀਆਂ ਵਾਸਤੇ ਔਰ ਸਾਡੇ ਇਸ ਫੈਮਿਲੀ ਵਾਸਤੇ ਜਿਹਨਾਂ ਤੁਹਾਡੇ ਵਾਸਤੇ ਅੱਲਾ ਉਹਨਾਂ ਨੂੰ ਖੁਸ਼ੀ ਨਸੀਬ ਕਰੇ, ਦੁੱਖ ਪਰੇਸ਼ਾਨੀ ਸੇ ਅੱਲਾ ਬਚਾਏ। ਅੱਲਾ ਪਾਕ ਹਮੇਸ਼ਾ ਜੀ ਮੇਰੀ ਜਿੰਨੀ ਫੈਮਿਲੀ ਯੂਟਿਊਬ 'ਤੇ ਮੈਨੂੰ ਸਪੋਰਟ ਕਰਨ ਵਾਲੀਆਂ ਸਾਰਿਆਂ ਨੂੰ ਖੁਸ਼ ਰੱਖੇ ਅਤੇ ਆਬਾਦ ਰੱਖੇ ਮਾਸ਼ਾਅੱਲਾ। ਜਿਸ ਟਾਈਮ ਵੀ ਅਸੀਂ ਕੋਈ ਵੀ ਕਿਸੇ ਵਾਸਤੇ ਵੀ ਕਿਹਾ ਔਫਰ ਕੀਤੀ ਆ ਅਤੇ ਉਹ ਉਸੇ ਟਾਈਮ ਉਹਨਾਂ ਨੇ ਸਾਡੇ ਨਾਲ ਹੈਲਪ ਕੀਤੀ ਆ ਜੀ ਔਰ ਮਸਜਿਦ ਵਾਸਤੇ ਸਪੋਰਟ ਕਰ ਵੀ ਰਹੇ ਆ ਜੀ ਔਰ ਜਿਹੜੇ ਕਰਨ ਦੀ ਸੋਚ ਰਹੇ ਆ ਉਹਨਾਂ ਨੂੰ ਅੱਲਾ ਪਾਕ ਹਿੰਮਤ ਦੇਵੇ ਤਕਲੀਫ ਦੇਵੇ। ਔਰ ਇਸ ਟਾਈਮ ਅਸੀਂ ਛੱਤ ਵਾਸਤੇ ਰਿਕੁਐਸਟ ਕਰ ਰਹੇ ਹੋਏ ਹਾਂ, ਛੱਤ ਵਾਸਤੇ ਸਾਨੂੰ ਸਭ ਭੈਣ ਭੈਣ ਤਾਵਨ ਦੀ ਜ਼ਰੂਰਤ ਆ ਕਿਉਂਕਿ ਸਾਡੀ ਛੱਤ ਮਸਜਿਦ ਦੀ ਇਸ ਟਾਈਮ ਬਿਲਕੁਲ ਤਿਆਰ ਹੋ ਚੁੱਕੀ ਹੈ ਜੀ। ਜਿਸ ਤਰ੍ਹਾਂ ਸਾਡੇ ਕੋਲ ਪੈਸੇ ਆਉਂਦੇ ਜਾਣਗੇ, ਥੋੜ੍ਹੇ ਜਿਹੇ ਪੈਸੇ ਇਕੱਠੇ ਹੋਣਗੇ, ਕਰਕੇ ਤਕਰੀਬਨ 12 ਲੱਖ ਦਾ ਸਾਡਾ ਇਹ ਟਾਰਗੇਟ ਆ ਜੀ। ਇਹ 12 ਲੱਖ ਦੇ ਵਿੱਚੋਂ ਤਕਰੀਬਨ 7 ਲੱਖ ਦਾ ਸਰੀਆ ਹੀ ਬਣਦਾ ਜੀ ਖਾਲੀ, ਠੀਕ ਹੈ ਜੀ। ਚਲੋ ਅੱਧੇ ਹਫ਼ਤੇ ਤੋਂ ਸਾਡੇ ਕੋਲ ਪੈਸੇ ਇਕੱਠੇ ਹੋ ਜਾਣਗੇ ਅਤੇ ਉਸ ਤੋਂ ਬਾਅਦ ਅਸੀਂ ਜਾ ਕੇ ਅਤੇ ਆਪਣੀ ਸ਼ਟਰਿੰਗ ਸ਼ੁਰੂ ਕਰਵਾਵਾਂਗੇ। ਔਰ ਬਾਕੀ ਜੀ ਠੀਕ ਹੋ ਗਿਆ ਜਨਾਬ, ਠੀਕ ਬੜੀ ਮਿਹਰਬਾਨੀ, ਓਕੇ ਬਾਬਾ ਜੀ ਠੀਕ ਖੁਸ਼। ਅੱਛਾ ਜੀ ਅਲਹਮਦੁਲਿਲਾ ਮਾਸ਼ਾਅੱਲਾ ਜੀ, ਇਹ ਕਮਰੇ ਦੀ ਚਿਣਾਈ ਵੀ ਸਾਡੀ ਹੋ ਚੁੱਕੀ ਹੈ ਜੀ ਫਾਈਨਲ ਤਕਰੀਬਨ ਹੀ ਔਰ ਇਹਨਾਂ ਉਸਤਾਦਾਂ ਨੇ ਦੋਨਾਂ ਦੇ ਜ਼ਿੰਮੇ ਲਗਾਇਆ ਕਿ ਤੁਸੀਂ ਇੱਦਾਂ ਕਰੋ, ਇੱਧਰ ਹੀ ਸਾਈਡ ਇੱਕ ਉਸਤਾਦ ਇਹ ਸਾਈਡ ਲਗਾ ਰਿਹਾ ਜੀ, ਦੂਸਰਾ ਸਾਈਡ ਇਹ ਸਾਈਡ ਲਗਾ ਰਿਹਾ ਉਸਤਾਦ, ਤਕਰੀਬਨ 4-5 ਵਾਰੀ ਇੱਧਰਲੇ ਦੇ ਰਹਿ ਗਏ ਔਰ 4-5 ਵਾਰੀ ਇੱਕ ਸਾਈਡ 'ਤੇ ਰਹਿ ਗਏ। ਦੋਨੇ ਆਪਣੇ ਆਪਣੇ ਵਾਰ ਲਗਾਉਂਦੇ ਆ ਲਗਾ ਕੇ ਅਤੇ ਇਹ ਕੰਮ ਕਰਦੇ ਆ ਜੀ ਫਾਈਨਲ। ਔਰ ਮੰਗਵਾਇਆ ਸੀਮਟ ਵੀਰ, ਸੀਮਟ ਆਇਆ, ਸੀਮਟ ਲਵਾਓ ਆ ਕੇ, ਸੀਮਟ ਮੰਗਵਾ ਲਿਆ ਜੀ, ਹਾਂ ਠੀਕ ਹੈ ਦੇ ਦਿਓ, ਇੱਟਾਂ ਦੇ ਦਿਓ ਅਤੇ ਆਣ ਕੇ ਲਵਾਓ। ਚਾਚਾ ਜੀ ਦੋਨਾਂ ਪਾਸੇ ਸੀਮਟ ਲਾ ਕੇ ਇੱਕ ਸੰਡਾ ਲਾ ਕੇ ਚਿਣਾਈ ਲਗਾਉਣੀ, ਠੀਕ ਆ। ਔਰ ਆ ਜਾਓ ਉੱਧਰ ਸੀਮਟ ਲਵਾਓ ਆ ਕੇ, ਨਾਲ ਨਾਲ ਕੰਮ ਵੀ ਚੱਲ ਰਿਹਾ ਹੋਇਆ ਜੀ। ਸੀਮਟ ਅੱਜ ਮੰਗਵਾਇਆ ਕਿਉਂਕਿ ਮਨਾਰ ਦੀ ਚਿਣਾਈ ਜਿਹੜੀ ਅਸੀਂ ਲਗਾਉਣੀ ਨਾ ਜੀ,
ਮਨਾਰ ਦੀ ਚਿਣਾਈ ਬਸ ਸਾਡੇ ਕੋਲ ਸੀਮਿੰਟ ਖਤਮ ਹੋ ਚੁੱਕਿਆ ਸੀਗਾ ਜੀ, ਇਸ ਕਰਕੇ ਅੱਜ ਸੀਮਿੰਟ ਮੰਗਵਾਇਆ। ਹੋਰ ਪਿੱਛੇ ਕਮਰੇ ਦੀ ਚਿਣਾਈ ਤਾਂ ਫਾਈਨਲ ਹੋ ਗਈ ਆ, ਔਰ ਹੁਣ ਮਨਾਰ ਬਸ ਸਾਡੇ ਕੋਲ ਸੀਮਿੰਟ ਨਹੀਂ ਸੀ ਹੈਗਾ, ਇਸ ਕਰਕੇ ਅਸੀਂ ਸੀਮਿੰਟ ਦੀਆਂ 14 ਬੋਰੀਆਂ ਦੇ ਪੈਸੇ ਸੀ ਸਾਡੇ ਕੋਲ, ਔਰ ਇਹ 14 ਬੋਰੀਆਂ ਸੀਮਿੰਟ ਸਾਡਾ ਆ ਚੁੱਕਿਆ ਜੀ। ਕੱਲ੍ਹ ਹਨੇਰੀ ਚੱਲੀ ਆ ਜੀ ਬਹੁਤ ਤੇਜ਼ ਜ਼ਬਰਦਸਤ, ਔਰ ਇਹ ਮਨਾਰ ਦੇ ਜਿਹੜੇ ਉਹ ਲੱਗੇ ਪੁਰਾਣੇ ਲੱਗੇ ਹੋਏ ਸੀਗੇ, ਇਹ ਉੱਪਰੋਂ ਹਨੇਰੀ ਨੇ ਥੱਲੇ ਗਿਰਾ ਦਿੱਤੇ ਇੱਧਰ, ਔਰ ਸੀਮਿੰਟ ਆ ਚੁੱਕਿਆ ਜੀ ਇੱਧਰ ਵਾਲੀ ਸਾਈਡ 'ਤੇ। ਇਸ ਦਫ਼ਾ ਸੀਮਿੰਟ ਮਨਾਰ ਵਾਲੀ ਦੁਕਾਨ ਤੋਂ ਨਹੀਂ ਮਿਲਿਆ ਹੈਗਾ ਸੀਮਿੰਟ, ਮਿਲਿਆ ਬਾਹਰੋਂ ਮੰਗਵਾਇਆ ਸੀਮਿੰਟ, ਔਰ 14 ਬੋਰੀਆਂ ਸੀਮਿੰਟ ਉਤਾਰਦੇ ਹਾਂ, ਉਸ ਤੋਂ ਬਾਅਦ ਆਪਣੇ ਬਿਆਨ ਵੀ ਨਾਲ ਸ਼ੇਅਰ ਕਰਦੇ ਹਾਂ। ਅੱਛਾ ਜੀ, ਸੀਮਿੰਟ ਸਾਡਾ ਆ ਚੁੱਕਿਆ ਜੀ 14 ਬੋਰੀਆਂ, ਔਰ 14 ਬੋਰੀਆਂ ਅੱਜ ਸਾਡੇ ਕੋਲ ਆਇਆ 20,000 ਅਤੇ 600 ਰੁਪਏ ਦਾ, 660 ਰੁਪਏ ਦਾ, 60 ਰੁਪਏ ਭਾਈ, 160 ਰੁਪਏ ਤੁਹਾਡੇ ਕੋਲ ਨਾ ਜੀ, ਪੂਰਾ ਕਰੋ 20,000 500 ਰੁਪਏ ਵੱਧ। ਇਹ 14 ਬੋਰੀਆਂ ਸੀਮਿੰਟ ਆਈ ਸਾਡੇ ਕੋਲ ਪਹੁੰਚਿਆ ਜੀ, 1, 2, 3, 4, 5, 6, 7 ਅਤੇ 7, 14।